10 ਹਸ ਪਾਵਰ ਦੀ ਲੂਬੀ ਦੀ ਮੋਟਰ ਹੈ ਲੂਬੀ ਦਾ ਸਾਰਾ ਸਿਸਟਮ ਲੱਗਾ ਸੀ ਲੂਬੀ ਦੀ ਡਰਾਈਵ ਲੱਗੀ ਸੀ ਪਰ ਡਰਾਈਵ ਖਰਾਬ ਹੋ ਗਈ ਹੈ ਤੇ 130 ਫੁੱਟ ਤੇ ਮੋਟਰ ਚੱਲਦੀ ਪਈ ਹੈ 3 ਇੰਚੀ ਪਾਣੀ ਤੁਸੀਂ ਵੇਖ ਲਓ ਕਿੰਨਾ ਗੂਏ ਇਹਦਾ ਤੁਸੀਂ ਵਹਿੰਦੇ ਪਿਓ ਪੰਜਾਬੀ ਟੈਕਨੀਕਲ YouTube ਚੈਨਲ ਪੰਜਾਬੀ ਡੈਰੀਮੈਨ ਇਸ ਮੋਟਰ ਦਾ ਪਾਣੀ ਇਦੋਂ ਵੀ ਘਟ ਸੀ ਇਹ ਪਾਣੀ ਵੀ ਸੈਟਿੰਗਸ ਵਗੈਰਾ ਕਰਨ ਤੋਂ ਬਾਅਦ ਆਈ ਐਨ ਵੀਟੀ ਦੀ ਜਿਹੜੀ ਫੋਟੋਵੋਲਟਿਕ ਡਰਾਈਵ ਇਹ ਲਾਉਣ ਤੋਂ ਬਾਅਦ ਥੋੜਾ ਬਾਧਾ ਵਧਿਆ ਹੈ ਇਹ ਜਿਹੜਾ ਸਿਸਟਮ ਲੱਗਾ ਸੀ ਇਹ ਕਿਸਾਨਾਂ ਨਾਲ ਬੜਾ ਧੋਖਾ ਹੋਇਆ ਏ ਸੋਲਰ ਦੀ ਮੋਟਰ ਆ ਕੇ ਨੋਰਮਲ ਲੂਬੀ ਦੀ ਮੋਟਰ ਪਾਈ ਏ ਤੇ ਮੋਟਰ ਪ੍ਰੋਪਰਲੀ ਵਰਕ ਨਹੀਂ ਕਰਦੀ ਪਈ ਜਿਹੜੇ ਵੀ ਸਿਸਟਮ ਲਾਉਣ ਵਾਲੇ ਮੇਰੇ ਵੀਰ ਨੇ ਉਹਨਾਂ ਅੱਗੇ ਹੱਥ ਜੋੜ ਕੇ ਬੇਨਤੀ ਏ ਕਿ ਐਵੇਂ ਦਾ ਧੋਖਾ ਨਾ ਕਰੋ ਕਿਸੇ ਨਾਲ ਕਿਸਾਨ ਬੜੇ ਔਖੇ ਪੈਸੇ ਕਮਾਉਂਦੇ ਨੇ ਤੇ ਬੜੇ ਔਖੇ ਹੋ ਕੇ ਇੱਕ ਵਾਰ ਸਿਸਟਮ ਲਵਾਉਂਦੇ ਨੇ ਜੇ ਸਿਸਟਮ ਕਾਮਯਾਬ ਨਾ ਹੋਵੇ ਤੇ ਫੇਰ ਕਿਸਾਨ ਦਾ ਮਰਨ ਹੋ ਜਾਂਦਾ ਜਦੋਂ ਸਿਸਟਮ ਨਾ ਚੱਲੇ ਕਿਸਾਨ ਵੀਰਾਂ ਨੂੰ ਵੀ ਬੇਨਤੀ ਏ ਸਿਸਟਮ ਲਮਾਨ ਤੋਂ ਪਹਿਲਾਂ ਪੂਰੀ ਸਰਚ ਪੜਤਾਲ ਕਰ ਲਿਆ ਕਰੋ ਕਿ ਬੰਦਾ ਕੌਣ ਏ ਤੇ ਕਿਵੇਂ ਦਾ ਜਿਹੜਾ ਸਿਸਟਮ ਲਾਂਦਾ ਪਿਆ ਏ ਹੁਣ ਇਹ ਮੋਟਰ 3000 ਚੱਕਰ ਤੇ ਚੱਲ ਕੇ 11 11.5 ਐਂਪੀਅਰ ਲੈਂਦੀ ਪਈ ਏ 50 ਫ੍ਰੀਕਵੈਂਸੀ ਪੂਰੀ ਚੱਲਣ ਤੋਂ ਬਾਅਦ ਵੀ ਪਾਣੀ ਨਹੀਂ ਪੂਰਾ ਕਰਦੀ ਪਈ ਤੇ ਇਹ ਵੀ ਤਾਂ ਕੀਤਾ ਏ ਇਹ 9 ਪੱਖੇ ਪਾਏ ਸਣ ਮੋਟਰ ਨੂੰ 4 ਐਂਪੈਲਰ ਕੱਢਣ ਤੋਂ ਬਾਅਦ ਇਸ ਪੋਜੀਸ਼ਨ ਤੇ ਪਹੁੰਚੀ ਏ ਮੋਟਰ ਤੇ ਇਦੋਂ ਪਹਿਲਾਂ ਸੋਚ ਲੋ ਵੀ ਕਿਸਾਨ ਕਿਹੜੇ ਹਾਲਾਤਾਂ ਵਿੱਚ ਆਪਣਾ ਝੋਨਾ ਪਾਲਦਾ ਪਿਆ ਸੀ ਝੋਨਾ ਸੁੱਕ ਗਿਆ ਖਰਾਬ ਹੁੰਦਾ ਪਿਆ ਫਸਲ ਖਰਾਬ ਹੁੰਦੀ ਪਈ ਤੇ ਕਿਸਾਨ ਰੋਂ ਡਿਆ ਏ ਇੱਕ ਪਾਸੇ ਸਿਸਟਮ ਕੋਈ 4 ਲੱਖ ਦਾ ਲਾਂਦਾ ਪਿਆ ਦੂਜਾ ਬੰਦਾ 2.5 ਲੱਖ ਦਾ ਲਾਂਦਾ ਤੇ ਪੈਸੇ ਬਚਾਣ ਦੇ ਚੱਕਰ ਚ ਮਾੜੇ ਸਿਸਟਮ ਚ ਨਾ ਫਸੋ ਬਾਅਦ ਵਿੱਚ ਤਾਂ ਕੋਈ ਹੱਲ ਨਹੀਂ ਹੈਗਾ ਵਧੀਆ ਬੰਦੇ ਤੋਂ ਸਿਸਟਮ ਲਵਾਓ ਤੇ ਚੰਗਾ ਸੋਲਰ ਸਿਸਟਮ ਹੀ ਲਵਾਓ ਚੰਗੀ ਵਧੀਆ ਫੋਟੋਵੋਲਟਿਕ ਡਰਾਈਵ ਲਾਓ ਡੀਸੀ ਇਨਪੁਟ ਵਾਲੀ ਡਰਾਈਵ ਲਾਓ एसी इनपुट ਵਾਲੀ ਡਰਾਈਵ ਨਾ ਲਾਓ ਤੁਸੀਂ ਕੋਈ ਵੀ ਸਿਸਟਮ ਲਵਾਉਣਾ ਚਾਹੁੰਦੇ ਹੋ ਚਾਹੇ ਸੋਲਰ ਮੋਟਰ ਲਵਾਉਣਾ ਚਾਹੁੰਦੇ ਹੋ ਆਨ ਗ੍ਰਿਡ ਲਵਾਉਣਾ ਚਾਹੁੰਦੇ ਹੋ ਆਫ ਗ੍ਰਿਡ ਘਰ ਵਾਸਤੇ ਲਵਾਉਣਾ ਚਾਹੁੰਦੇ ਹੋ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਸਾਡਾ ਨੰਬਰ ਹੈ 9814571211 ਪੰਜਾਬੀ ਡੈਰੀਮੈਨ ਦੇ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਆਉਣ ਵਾਲੀਆਂ ਵੀਡੀਓ ਦੇ ਨੋਟੀਫਿਕੇਸ਼ਨ ਵਾਸਤੇ ਬੈਲ ਆਈਕਨ ਦਬਾ ਲਿਓ ਸਾਡੇ ਨਾਲ ਜੁੜੇ ਰਹਿਣ ਵਾਸਤੇ ਤੇ ਸਾਡੀਆਂ ਵੀਡੀਓਜ਼ ਵੇਂਦੇ ਰਹਿਣ ਵਾਸਤੇ ਵੇਂਦੇ ਰਹੋ ਪੰਜਾਬੀ ਡੈਰੀਮੈਨ